ਬਾਬਾ ਨੰਦ ਸਿੰਘ ਜੀ ਦੇ ਮੁਖਾਰਬਿੰਦ ਤੋਂ ਉਚਾਰੇ ਹੋਏ 287 ਬਚਨ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ, ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਬਚਨ ਪਹਿਲਾ, ਛੇ ਮਾਲਾ 108 ਮਣਕੇ ਦੀਆਂ। ਹਰ ਗੁਰਸਿੱਖ ਦਾ ਫਰਜ਼ ਬਣਦਾ ਹੈ ਕਿ ਹਰ ਰੋਜ਼ ਫੇਰੇ। ਇਤਨਾ ਪਾਠ ਕਰਨ ਨਾਲ ਮਹੀਨੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਫਲ ਮਿਲਦਾ ਹੈ। ਇੱਕ ਦਿਨ ਤਾਂ ਬਾਬਾ ਜੀ ਏਡੇ ਮਿਹਰਾਂ ਦੇ ਘਰ ਵਿੱਚ ਆ ਗਏ ਤੇ ਬਾਹਾਂ ਉੱਚੀ ਕਰਕੇ ਕਹਿਣ ਲੱਗੇ, ਜੋ ਸਤਸੰਗੀ ਛੇ ਮਾਲਾ ਮੂਲ ਮੰਤਰ ਦੀਆਂ ਹਰ ਰੋਜ਼ ਫੇਰੇਗਾ ਉਸ ਦਾ ਮੇਰਾ ਗੁਰੂ ਨਾਨਕ ਜਾਮਨ ਹੈ, ਉਹ ਨਰਕਾਂ ਵਿੱਚ ਨਹੀਂ ਜਾਵੇਗਾ। ਬਚਨ ਦੂਜਾ, ਗੁਰਮੰਤਰ ਵਾਹਿਗੁਰੂ। ਜੇ ਮੂਲ ਮੰਤਰ ਦਾ ਪਾਠ ਨਹੀਂ ਕਰ ਸਕਦਾ ਤਾਂ 80 ਮਾਲਾ 108 ਮਣਕੇ ਦੀਆਂ ਵਾਹਿਗੁਰੂ ਸ਼ਬਦ ਦੀਆਂ ਹਰ ਰੋਜ਼ ਫੇਰੇ ਤਾਂ ਮਹੀਨੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲੇਗਾ। ਬਚਨ ਤੀਜਾ, ਮੂਲ ਮੰਤਰ ਤੇ ਗੁਰਮੰਤਰ ਦੇ ਜਾਪ ਕਰਨ ਨਾਲ ਸਭ ਮੁਸ਼ਕਲਾਂ ਦਾ ਹੱਲ ਹੋ ਜਾਂਦਾ ਹੈ। ਬਚਨ ਚੌਥਾ, ਵਾਹਿਗੁਰੂ ਸ਼ਬਦ ਦਰਗਾਹੀ ਟਿਕਟ ਹੈ ਪਰ ਕਰਮਾਂ ਵਾਲੇ ਪੱਲੇ ਬੰਨਦੇ ਹਨ। ਬਚਨ ਪੰਜਵਾਂ, ਨਿਤ ਨੇਮ ਕਦੇ ਨਾ ਖੁੰਝਾਓ, ਇਹ ਦਰਗਾਹ ਦੀ ਟਿਕਟ ਹੈ। ਬਚਨ ਛੇਵਾਂ, ਮੂਲ ਮੰਤਰ ਦੁੱਧ ਹੈ, ਇਸ ਦੀ ਕਮਾਈ ਕਰੋ, ਗੁਰੂ ਨਾਨਕ ਨੂੰ ਹਾਜ਼ਰ ਨਾਜ਼ਰ ਸਮਝੋ, ਇਸ ਦੁੱਧ ਤੋਂ ਜੋ ਮਰਜ਼ੀ ਪਦਾਰਥ ਬਣਾ ਲਓ। ਬਚਨ ਸਤਵਾਂ, ਪਹਿਲੀ ਪੌੜੀ ਹੈ ਜਾਪ ਦੀ, ਇੱਕ ਓਅੰਕਾਰ ਤੋਂ ਨਾਨਕ ਹੋਸੀ ਭੀ ਸੱਚ ਤੱਕ ਇਹ ਸਰਗੁਣ ਤੇ ਨਿਰਗੁਣ ਦੋਨੋਂ ਸਰੂਪ ਹਨ। ਅਜਪਾ ਜਾਪ ਦੂਜੀ ਪੌੜੀ ਹੈ। ਜਦ ਸਾਹ ਅੰਦਰ ਜਾਵੇ ਵਾਹੇ ਕਹੋ, ਸਾਹ ਜਦ ਬਾਹਰ ਆਵੇ ਤਾਂ ਗੁਰੂ ਕਹੋ, ਗੁਰਮੁਖ ਰੋਮ ਰੋਮ ਹਰ ਧਿਆਏ। ਬਚਨ ਅਠਵਾਂ, ਨਾਮ ਜਪੋ ਨਾਮ ਜਪੋ ਨਾਮ ਜਪੋ ਨਾਮ ਜਪੋ
ਨਾਮ ਕੀ ਹੈ, ਨਾਮ ਦਾ ਸਰੂਪ ਕੀ ਹੈ। ਪਹਿਲੀ ਪੌੜੀ ਤੇ ਵਾਹਿਗੁਰੂ ਸ਼ਬਦ ਇਸੇ ਨੇ ਹੀ ਗੁਰੂ ਨਾਨਕ ਦਾ ਰੂਪ ਲੈਣਾ ਹੈ। ਤਾਂ ਤੇ ਭਾਈ ਨਾਮ ਜਪੋ, ਨਾਮ ਜਪੋ, ਨਾਮ ਜਪੋ। ਬਚਨ ਨੌਵਾਂ ਜੋ ਨਿਤਨੇਮ ਨਹੀਂ ਕਰਦਾ ਉਹ ਸਾਡਾ ਕੁਝ ਨਹੀਂ ਲੱਗਦਾ। ਬਚਨ ਦਸਵਾਂ ਸਾਡੀ ਸਾਂਝ ਨਾਮ ਜਪਣ ਵਾਲਿਆਂ ਨਾਲ ਹੈ। ਬਚਨ ਗਿਆਰਵਾਂ ਜੇ ਬਈ ਸਾਡੀ ਕੋਈ ਖੁਸ਼ੀ ਲੈਣਾ ਚਾਹੁੰਦਾ ਹੈ ਤਾਂ ਉਹ ਸਾਨੂੰ 2 ਘੰਟੇ ਸਮਾਂ ਦਿਓ। ਨਿਤਨੇਮ ਕਰੋ, ਸਾਨੂੰ ਮਾਇਆ ਦੀ ਲੋੜ ਨਹੀਂ। ਬਚਨ ਬਾਰਵਾਂ ਇੱਥੇ ਦੁਨਿਆਵੀ ਗੱਲਾਂ ਨਹੀਂ ਕਰਨੀਆਂ। ਅਖਬਾਰ, ਟਰੈਕਟ, ਹੋਰ ਕੋਈ ਗੱਲ ਨਹੀਂ ਕਰਨੀ। ਕੇਵਲ ਭਗਤੀ ਦਾ ਅਸਥਾਨ ਹੈ, ਭਗਤੀ ਕਰੋ, ਨਾਮ ਜਪੋ। ਬਚਨ ਤੇਰਵਾਂ ਮਹਾਂਪੁਰਖ ਦੀ ਛਤਰ ਛਾਇਆ ਹੇਠ ਰਹਿ ਕੇ ਵੀ ਜੇ ਨਾਮ ਨਾ ਜਪਿਆ ਤਾਂ ਮਹਾਂਪੁਰਖ ਨੂੰ ਵੀ ਲਾਜ ਲੱਗਦੀ ਹੈ। ਬਚਨ ਚੌਦਵਾਂ ਬਿਨ ਹਰ ਭਜਨ ਨਹੀਂ ਛੁਟਕਾਰਾ, ਦੇਖ ਲੈ ਵਿਚਾਰ ਕਰਕੇ। ਬਚਨ ਪੰਦਰਵਾਂ ਤੂੰ ਸੁਣ ਭਾਈ ਖੋਤਿਆ, ਆਵੇ ਹੇਠ ਖਲੋਤਿਆ, ਆਵੇ ਮੁੱਕਣਾ ਨਹੀਂ, ਤੂੰ ਛੁੱਟਣਾ ਨਹੀਂ, ਕੰਨ ਖਸਕਾ ਕੇ ਹਰੀ ਅੰਗੂਰੀ ਚਰ ਲੈ। ਮਨ ਰੂਪੀ ਖੋਤਾ ਹੈ, ਹਰ ਵੇਲੇ ਕੰਮਾਂ ਵਿੱਚ ਲੱਗਾ ਹੈ। ਉਪਦੇਸ਼ ਦਿੱਤਾ ਹੈ ਕਿ ਸਮੇਂ ਚੋਂ ਸਮਾਂ ਕੱਢ ਤੇ ਨਾਮ ਜਪ ਲੈ। ਸ੍ਰੀ ਵਾਹਿਗੁਰੂ, ਸ੍ਰੀ ਵਾਹਿਗੁਰੂ। ਬਚਨ ਸੋਲਵਾਂ ਨਾਮ ਬੀਜ ਲਓ ਕਰਮਾਂ ਵਾਲੇ, ਹੋ ਆਗੀ ਰੁੱਤ ਬੀਜਣੇ ਦੀ। ਬਚਨ ਸਤਾਰਵਾਂ ਬੀਜੋ ਰਾਮ ਨਾਮ ਧਨ ਖੇਤੀ, ਕਰਕੇ ਬੈਲ ਕਰਕੇ ਕਾਮੇ, ਕਾਹੇ ਕਰੋ ਪਛੇਤੀ। ਰਾਮ ਨਾਮ ਕਾ ਬੀਜ ਜੇ ਬੋਵੋ, ਚੁਣ ਲਓ ਮਾਣਕ ਮੋਤੀ, ਇਸ ਖੇਤੀ ਜੇ ਘਾਟਾ ਹੋਵੇ, ਪੁੱਛ ਲਓ ਸੰਤਾਂ ਸੇਤੀ। ਬਚਨ ਅਠਾਰਵਾਂ ਇਹ ਅਨਮੋਲ ਸਵਾਸ ਲੱਖਾਂ ਨਾਲ ਵੀ ਨਹੀਂ ਖਰੀਦੇ ਜਾ ਸਕਦੇ, ਕਿਉਂਕਿ ਸਵਾਸ ਮੁੱਲ ਨਹੀਂ ਵਿਕਦੇ। ਬਚਨ ਉੱਨੀਵਾਂ ਪੱਲੇ ਬੰਨ ਲੈ ਮਨਾ ਪੂੰਜੀ ਰਾਮ ਨਾਮ ਦੀ। ਬਚਨ ਵੀਵਾਂ ਵੱਡੇ ਵੱਡੇ ਦੁਨੀਆਂ ਦੇ ਰਾਜੇ
ਰੋਂਦੇ ਜਾਂਦੇ ਨਾਮ ਤੋਂ ਬਿਨਾਂ। ਬਚਨ 21 ਨਾਮ ਬੀਜ ਮਾਤਰ ਰੱਖਿਆ ਹੋਇਆ ਸਮਾਂ ਆਵੇਗਾ, ਬੀਜ ਫਲੇਗਾ, ਦੁਨੀਆ ਦੇਖੇਗੀ। ਬਚਨ 22 ਜਿਉਂ ਦਰਿਆ ਵਿੱਚ ਲਹਿਰਾਂ ਵਗਣ ਇੱਕ ਦੂਜੀ ਦੇ ਅੱਗੇ, ਇੱਕ ਘੁੱਟ ਪੀ ਲੈ ਨਾਮ ਸਾਹਿਬ ਦਾ ਤੇਰੀ ਲਹਿਰ ਉਮਰ ਦੀ ਵਗੇ। ਬਚਨ 23 ਭਜਨ ਤੇਰੇ ਦੀ ਸਿੱਖ ਅਸਾਨੂੰ ਵਿੱਚ ਸਰੀਰ ਲਿਆਈ ਮੇਰਾ ਮਾਹੀ, ਨਹੀਂ ਤਾਂ ਇੱਥੇ ਆਵਣ ਦੀ ਸਾਨੂੰ ਹਰਗਿਜ ਲੋੜ ਨਾ ਕਾਈ ਰਾਮ ਦੁਹਾਈ। ਬਚਨ 24 ਨਾਮ ਸਭ ਨਾਲੋਂ ਵੱਡਾ ਹੈ, ਲੱਖ ਆਦਮੀ ਬੈਠਾ ਹੋਵੇ ਜਿਸਦਾ ਨਾਮ ਲੈ ਕੇ ਹਾਕ ਮਾਰੋਗੇ ਉਸ ਨੂੰ ਕੰਨੋਂ ਫੜ ਕੇ ਬਾਹਰ ਲੈ ਆਵੇਗਾ। ਇਸੇ ਤਰ੍ਹਾਂ ਵਾਹਿਗੁਰੂ ਸਰਵ ਵਿਆਪਕ ਹੈ, ਜੋ ਨਾਮ ਜਪਦਾ ਹੈ ਨਾਮ ਸਾਰੀ ਸ੍ਰਿਸ਼ਟੀ ਵਿੱਚੋਂ ਵਾਹਿਗੁਰੂ ਨੂੰ ਸੱਦ ਕੇ ਲੈ ਆਉਂਦਾ ਹੈ। ਨਾਮ ਜਪਦਿਆਂ ਸੇਵਾ ਕਰਦਿਆਂ ਕਦੇ ਕੋਈ ਸੁਲੱਖਣੀ ਘੜੀ ਆ ਜਾਵੇ ਤੇ ਗੁਰੂ ਨਾਨਕ ਸਾਨੂੰ ਗਲ ਨਾਲ ਲਾ ਲਵੇ ਤੇ ਸਾਡਾ ਲੋਕ ਪਰਲੋਕ ਸੁਹੇਲਾ ਹੋ ਜਾਵੇ। ਜ਼ਰੂਰੀ ਨੋਟ, ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਆਪਣੇ ਸਾਰੇ ਜੀਵਨ ਵਿੱਚ ਨਾਮ ਜਪਿਆ ਅਤੇ ਜਪਾਇਆ, ਸੋ ਉਹਨਾਂ ਦੇ ਮੁਖਾਰ ਬਿੰਦ ਤੋਂ ਕੇਵਲ ਨਾਮ ਦੇ ਪਰਥਾਏ ਇਹ ਬਚਨ ਅੱਜ ਵੀ ਸਾਡੇ ਵਾਸਤੇ ਪੂਰਨੇ ਹਨ। ਅੱਜ ਵੀ ਕੋਈ ਇਹਨਾਂ ਬਚਨਾਂ ਨੂੰ ਮੰਨ ਲਏਗਾ ਤਾਂ ਉਹ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਵੇਗਾ। ਬਚਨ 25 ਗੁਰੂ ਗ੍ਰੰਥ ਸਾਹਿਬ ਦੀ ਸੇਵਾ ਹਾਜ਼ਰ ਨਾਜ਼ਰ ਗੁਰੂ ਨਾਨਕ ਜਾਣ ਕੇ ਕਰੋ। ਬਚਨ 26 ਕੋਈ ਕਾਗਜ਼ ਕਹਿੰਦਾ ਹੈ, ਕੋਈ ਪੱਤਰੇ ਕਹਿੰਦਾ ਹੈ, ਮੇਰੀ ਜ਼ਬਾਨ ਸੜ ਜਾਏ ਜੇ ਮੈਂ ਇਹ ਗੱਲ ਆਖਾਂ। ਮੈਂ ਆਖਣਾ ਕਿ ਬਾਣੀ ਦਾ ਅੱਖਰ ਅੱਖਰ ਗੁਰੂ ਨਾਨਕ ਹੈ। ਜੇ ਧੰਨੇ ਦਾ ਪੱਥਰ ਖਾਂਦਾ ਹੈ ਕੀ ਤੇਰਾ ਗੁਰੂ ਗ੍ਰੰਥ ਸਾਹਿਬ ਨਹੀਂ ਖਾਂਦਾ? ਖਾਂਦਾ ਪੀਂਦਾ ਬੋਲਦਾ ਚੱਲਦਾ ਸਭ ਕੁਝ ਕਰਦਾ ਤੇਰੀ ਭਾਵਨਾ ਵਿੱਚ ਕਸਰ ਹੈ। ਤੇਰੇ ਅੰਦਰ ਭਾਵਨਾ ਆਈ ਨਹੀਂ, ਉਹ ਤੇਰੇ ਨਾਲ ਬੋਲਿਆ ਨਹੀਂ। ਬਚਨ 27 ਗੁਰੂ ਗ੍ਰੰਥ ਸਾਹਿਬ
ਗੁਰੂਆਂ ਦੇ ਗੁਰੂ ਸਾਡੇ ਗੁਰੂ ਹਨ, ਸਾਨੂੰ ਉਹਨਾਂ ਦੇ ਬਚਨਾਂ ਤੇ ਚੱਲਣਾ ਚਾਹੀਦਾ ਹੈ। ਬਚਨ 28 ਜੇ ਬੇਨਤੀ ਕਰਨੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਰੋ। ਗੁਰੂ ਗ੍ਰੰਥ ਹਾਜ਼ਰ ਨਾਜ਼ਰ ਸਤਿਗੁਰੂ ਹਨ। ਬਚਨ 29 ਸਿੱਖ ਹਰ ਕੰਮ ਕਰਨ ਤੋਂ ਪਹਿਲਾਂ ਗੁਰੂ ਅੱਗੇ ਅਰਦਾਸ ਕਰੇ, ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਵੇਲੇ ਨਾਮ ਦੀ ਦਾਤ ਮੰਗੇ। ਬਚਨ 30 ਨਿਤਨੇਮ ਪੱਕਾ ਕਰੋ, ਗੁਰੂ ਸਾਹਿਬ ਦੀ ਹਾਜ਼ਰੀ ਭਰੋ, ਮਾੜੇ ਕੰਮ ਆਪੇ ਹਟ ਜਾਣਗੇ। ਬਚਨ 31 ਸਾਡੇ ਪਾਸ ਆਉਣ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਿਆ ਕਰੋ, ਸਾਰੇ ਕਾਰਜ ਪੂਰੇ ਹੋਣਗੇ। ਭਾਵਨਾ ਬਣਾਉਣੀ ਪਵੇਗੀ, ਅਸੀਂ ਵੀ ਤਾਂ ਉਹਨਾਂ ਅੱਗੇ ਹੀ ਅਰਦਾਸ ਕਰਦੇ ਹਾਂ। ਬਚਨ 32 ਜਿਹੜਾ ਸਾਨੂੰ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਨਾਲ ਜੋੜੇ ਉਸ ਦੀ ਸੰਗਤ ਕਰੋ, ਜਿਹੜਾ ਆਪਣੇ ਨਾਲ ਜੋੜੇ ਉਸ ਤੋਂ ਕਿਨਾਰਾ ਕਰੋ। ਬਚਨ 33 ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਨ ਨਾਲ ਸਾਰੇ ਦੇਵੀ ਦੇਵਤਿਆਂ ਦੀ ਪੂਜਾ ਹੋ ਜਾਂਦੀ ਹੈ। ਬਚਨ 34 ਜਿੱਧਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਉਧਰ ਪੈਰ ਨਾ ਕਰਿਆ ਕਰੋ। ਬਚਨ 35 ਸ਼ਹੀਦੀ ਰੂਹਾਂ ਹਰ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਵਿੱਚ ਹਾਜ਼ਰ ਨਾਜ਼ਰ ਹੋ ਕੇ ਪਹਿਰਾ ਦਿੰਦੀਆਂ ਹਨ। ਬਚਨ 36 ਸਤਿਗੁਰੂ ਪਦਾਰਥ ਨਹੀਂ ਮੰਗਦੇ, ਭਾਵਨਾ ਦੇ ਭੁੱਖੇ ਹਨ। ਬਚਨ 37 ਬਾਣੀ ਪੜ੍ਹਨੀ ਸੌਖੀ ਹੈ ਪਰ ਇਸ ਤੇ ਵਿਚਾਰ ਕਰਨੀ ਔਖੀ ਹੈ, ਪਰ ਵਿਰਲੇ ਹਨ ਜੋ ਇਸ ਤੇ ਅਮਲ ਕਰਦੇ ਹਨ। ਬਚਨ 38 ਪਾਠ ਕਰਨਾ ਗੁਰੂ ਨਾਨਕ ਨਾਲ ਗੱਲਾਂ ਕਰਨੀਆਂ ਹਨ, ਨੇਕੀ ਕਰਨੀ ਗੁਰੂ ਨਾਨਕ ਨੂੰ ਪਾਉਣਾ ਹੈ। ਬਚਨ 39 ਜਗਿਆਸੂ ਬਿੰਦੀਆਂ ਹਨ,
ਸਤਿਗੁਰੂ ਏਕਾ ਹੈ। ਤਾਹੀਓ ਤਾਂ ਬਾਣੀ ਵਿੱਚ ਪ੍ਰਧਾਨ ਹੈ। ਬਚਨ 40 ਸਿਆਣਾ ਗ੍ਰੰਥੀ ਪ੍ਰਸ਼ਾਦੇ ਲਿਆ ਕੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਵਾਉਂਦਾ ਹੈ, ਫਿਰ ਆਪ ਛਕਦਾ ਹੈ ਅਤੇ ਰਾਹੀ ਪਾਂਧੀ ਨੂੰ ਛਕਾਉਂਦਾ ਹੈ। ਨੋਟ: ਬਾਬਾ ਆਨੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਪੂਜਣ ਵਾਸਤੇ ਸਿਰਫ ਬਚਨ ਹੀ ਨਹੀਂ ਕੀਤੇ ਬਲਕਿ ਆਪ ਮੰਨਿਆ ਹੈ। ਪ੍ਰਗਟ ਜਾਣ ਕੇ ਚਾਹ ਪਾਣੀ ਪ੍ਰਸ਼ਾਦੇ ਦੀ ਸੇਵਾ ਕੀਤੀ ਅਤੇ ਅੱਜ ਤੱਕ ਵੀ ਹੋ ਰਹੀ ਹੈ। ਬਾਬਾ ਜੀ ਆਪ ਸਾਰੀ ਸਾਰੀ ਰਾਤ ਪੱਖਾ ਕਰਦੇ ਹਨ, ਉਤਨੀ ਦੇਰ ਤੱਕ ਕਿਸੇ ਉੱਪਰ ਪੱਖਾ ਨਹੀਂ ਸੀ ਹੋ ਸਕਦਾ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ 'ਤੇ ਪੱਖਾ ਨਹੀਂ ਹੋ ਰਿਹਾ। ਅੱਜ ਵੀ ਉਸੇ ਤਰ੍ਹਾਂ ਮਰਿਆਦਾ ਕਾਇਮ ਹੈ। ਅੰਮ੍ਰਿਤ ਵੇਲੇ ਚਾਹ ਦਾ ਭੋਗ ਲਗਾਇਆ ਜਾਂਦਾ ਹੈ। ਪਹੁ ਫੁਟਾਲੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਪ੍ਰਸ਼ਾਦੇ ਦਾ ਭੋਗ, ਸ਼ਾਮ ਵੇਲੇ ਫਿਰ ਚਾਹ ਦਾ ਭੋਗ, ਉਪਰੰਤ ਰਾਤ ਨੂੰ ਪ੍ਰਸ਼ਾਦੇ ਦਾ ਭੋਗ, ਰਾਤ ਨੂੰ ਦੁੱਧ ਦਾ ਭੋਗ ਲਵਾਉਂਦੇ ਹਨ। ਭਾਵ ਕਿ ਹਰ ਕਰਮ ਪ੍ਰਤੱਖ ਗੁਰੂ ਜਾਣ ਕੇ ਕੀਤਾ ਜਾਂਦਾ ਹੈ। ਨਿਮਰਤਾ ਬਚਨ 41 ਸਿੱਖੀ ਦਾ ਦੂਜਾ ਰੂਪ ਨਿਮਰਤਾ ਹੈ। ਬਚਨ 42 ਗੁਰਮੁਖ ਕਲ ਵਿੱਚ ਪ੍ਰਗਟ ਹੋਆ ਗੁਰੂ ਨਾਨਕ ਪ੍ਰਗਟ ਹੋਇਆ, ਗੁਰਮੁਖਤਾ ਪ੍ਰਗਟ ਹੋਈ। ਬਚਨ 43 ਨਿਰੰਕਾਰ ਦੇ ਖਜ਼ਾਨੇ ਦੀ ਸਭ ਤੋਂ ਵੱਡੀ ਦਾਤ ਨਿਮਰਤਾ ਲੈ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਸੰਸਾਰ ਤੇ ਆਇਆ। ਬਚਨ 44 ਮੈਂ ਤਾਂ ਸੰਗਤ ਦੀ ਬਰਾਬਰੀ ਕਰਨ ਜੋਗਾ ਨਹੀਂ ਹਾਂ, ਇਸੇ ਵਾਸਤੇ ਟੋਆ ਪੁੱਟ ਕੇ ਬੈਠਦਾ ਹਾਂ। ਬਚਨ 45 ਕਿਸੇ ਦਾ ਮੈਂ ਗੁਰੂ ਨਹੀਂ, ਕੋਈ ਮੇਰਾ ਸਿੱਖ ਨਹੀਂ, ਕਿਸੇ ਨੂੰ ਮੈਂ ਹੱਥੀਂ ਅੰਮ੍ਰਿਤ ਨਹੀਂ ਛਕਾਇਆ, ਕਿਸੇ ਨੂੰ ਇਕੱਲਿਆਂ ਬੈਠ ਕੇ ਗੁਰਮੰਤਰ ਨਹੀਂ ਦਿੱਤਾ। ਇਹ ਤਾਂ ਸੰਗਤ ਹੈ ਗੁਰੂ ਨਾਨਕ ਦੀ, ਜਿਨ੍ਹਾਂ ਵਿੱਚ ਇੱਕ ਮੈਂ ਵੀ ਹਾਂ। ਬਚਨ 46 ਉਹ ਮੈਂ ਤਾਂ ਕਿੱਲੇ ਘੜਨ ਵਾਲਾ ਅਜੇ ਸਿੱਖ ਵੀ ਨਹੀਂ ਬਣਿਆ,
ਬੇਨਤੀਆਂ ਪਏ ਕਰਦੇ ਹਾਂ ਕਿ ਗੁਰੂ ਨਾਨਕ ਸੱਚਾ ਪਾਤਸ਼ਾਹ ਮੈਨੂੰ ਆਪਣਾ ਸਿੱਖ ਬਣਾ ਲਵੇ। ਇਹ ਵੀ ਉਸ ਦੀ ਮਿਹਰ ਹੈ, ਨਹੀਂ ਤੇ ਸਾਡਾ ਤਾਂ ਇੰਨਾ ਵੀ ਜਪ ਤਪ ਨਹੀਂ ਕਿ ਮੈਂ ਉਸ ਦਾ ਸਿੱਖ ਵੀ ਬਣ ਸਕਾਂ। ਬਚਨ 47 ਸਿੱਖ ਦਾ ਭਾਵੇਂ ਦੁਨੀਆ ਕਿੱਡਾ ਸਤਿਕਾਰ ਕਰੇ, ਕਿੰਨਾ ਵੀ ਉੱਚਾ ਸਮਝਣ ਲੱਗ ਜਾਵੇ, ਪਰ ਫਿਰ ਵੀ ਜੇ ਕਦੇ ਜਾਣੇ ਅਣਜਾਣੇ ਗਲਤੀ ਕਰ ਬੈਠੇ ਤਾਂ ਭੁੱਲ ਮੰਨ ਲਵੇ। ਇਸ ਵਿੱਚ ਹੀ ਉਸ ਦਾ ਭਲਾ ਹੈ। ਬਚਨ 48 ਮਿੱਠਾ ਬੋਲੋ, ਨਿਵਕੇ ਚੱਲੋ, ਹੱਥੋਂ ਦੇ ਕੇ ਭਲਾ ਮਨਾਓ। ਬਚਨ 49 ਕੌੜੀਆਂ ਚੀਜ਼ਾਂ ਨੂੰ ਮਿੱਠੀਆਂ ਕਰਕੇ ਲਿਆ, ਪਿਉਂਦ ਲਾ ਕੇ ਸਿਆਣਿਆਂ ਨੇ, ਪਰ ਜੇ ਨਾਮ ਜਪ ਕੇ ਬਾਣੀ ਪੜ੍ਹ ਕੇ ਸੇਵਾ ਕਰਕੇ ਸਿੱਖ ਦੇ ਅੰਦਰ ਮਿਠਾਸ ਨਾ ਆਈ ਤਾਂ ਜਾਣੋ ਸੇਵਾ ਸਿਮਰਨ ਮਨ ਲਾ ਕੇ ਨਹੀਂ ਕੀਤਾ। ਬਚਨ 50 ਜੇ ਕਦੇ ਭੁੱਲ ਭੁਲੇਖੇ ਕੌੜੀ ਚੀਜ਼ ਮੂੰਹ ਵਿੱਚ ਪੈ ਜਾਏ ਤਾਂ ਬੰਦਾ ਥੁੱਕ ਕੇ ਬਾਹਰ ਕੱਢਦਾ ਹੈ। ਇਸੇ ਤਰ੍ਹਾਂ ਜਦੋਂ ਕਿਸੇ ਦਾ ਕੌੜਾ ਬੋਲ ਕੰਨਾਂ ਵਿੱਚ ਪੈਂਦਾ ਹੈ ਤਾਂ ਉਹ ਵੀ ਥੁੱਕਣ ਜੋਗਾ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।